ਤਾਂ ਬੇਹੱਦ ਵੱਡੀ ਅਤੇ ਮੰਦਭਾਗੀ ਖਬਰ ਸਾਹਮਣੇ ਮੋਹਾਲੀ ਤੋਂ ਆ ਰਹੀ ਹੈ, ਜਿੱਥੇ ਇੱਕ 21 ਸਾਲਾਂ ਦੇ ਮੁੰਡੇ ਦੀ 20 ਮੰਜ਼ਿਲਾ ਇਮਾਰਤ ਤੋਂ ਡਿੱਗ ਕੇ ਮੌਤ ਹੋ ਗਈ ਹੈ। ਜੀ ਹਾਂ, ਜਿਵੇਂ ਹੀ ਮੁੰਡਾ 20 ਮੰਜ਼ਿਲਾ ਇਮਾਰਤ ਤੋਂ ਡਿੱਗਦਾ ਏ, ਉਸਦੇ ਕਾਫੀ ਸੱਟਾਂ ਲੱਗਦੀਆਂ ਨੇ। ਬਿਲਡਿੰਗ ਦਾ ਜਿਹੜਾ ਕੰਸਟਰਕਟਰ ਹੁੰਦਾ ਏ, ਜਿਹੜਾ ਮੇਨ ਉੱਥੇ ਦਾ ਮੈਨੇਜਰ ਹੁੰਦਾ ਏ ਬਿਲਡਿੰਗ ਦਾ, ਉਹ ਮੁੰਡੇ ਨੂੰ ਸਹੀ ਵਕਤ 'ਤੇ ਦਵਾਈਆਂ ਨਹੀਂ ਦਿੰਦਾ ਅਤੇ ਨਾ ਹੀ ਉਸਦਾ ਇਲਾਜ ਕਰਾਉਂਦਾ ਹੈ, ਨਾ ਹੀ ਸਹੀ ਵਕਤ ਉਸਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਤਰੀਕੇ ਦੇ ਇਲਜ਼ਾਮ ਮੁੰਡੇ ਦੇ ਪਰਿਵਾਰ ਅਤੇ ਮੁੰਡੇ ਦੇ ਸਾਥੀ ਲਗਾ ਰਹੇ ਨੇ ਕਿ ਜੇਕਰ ਮੁੰਡੇ ਨੂੰ ਸਹੀ ਸਮੇਂ ਇਲਾਜ ਮਿਲ ਜਾਂਦਾ ਤਾਂ ਉਹ ਬਚ ਸਕਦਾ ਸੀ। ਹੱਡੀਆਂ ਵਗੈਰਾ ਜ਼ਰੂਰ ਟੁੱਟਣੀਆਂ ਸੀ, ਪਰ ਉਸਦੀ ਜਾਨ ਬਚ ਜਾਣੀ ਸੀ। ਤਾਂ ਬੇਹੱਦ ਵੱਡੀ ਅਤੇ ਮੰਦਭਾਗੀ ਖਬਰ ਮੋਹਾਲੀ ਤੋਂ, ਜਿੱਥੇ 20 ਮੰਜ਼ਿਲਾ ਇਮਾਰਤ ਤੋਂ ਹੇਠਾਂ ਡਿੱਗਿਆ ਏ 21 ਸਾਲਾਂ ਦਾ ਨੌਜਵਾਨ, ਜਿਸ ਦੀ ਮੌਤ ਹੋ ਗਈ ਹੈ। ਸੈਕਟਰ 82 ਚ ਉਸਾਰੀ ਅਧੀਨ ਬਿਲਡਿੰਗ ਸੀਗੀ ਜਿੱਥੋਂ 21 ਸਾਲਾਂ ਦਾ ਨੌਜਵਾਨ ਡਿੱਗਦਾ ਏ। ਮੌਤ ਤੋਂ ਬਾਅਦ ਵਰਕਰਾਂ ਨੇ ਰੋਡ ਜਾਮ ਪ੍ਰਦਰਸ਼ਨ ਕੀਤਾ ਏ। ਰੋਡ ਜਾਮ ਕਰਕੇ ਮੈਨੇਜਮੈਂਟ 'ਤੇ ਸਮੇਂ ਸਿਰ ਮੈਡੀਕਲ ਸੁਵਿਧਾ ਨਾ ਦਿਵਾਉਣ ਦੇ ਇਲਜ਼ਾਮ ਵੀ ਨਾਲ ਦੀ ਨਾਲ ਲਗਾਏ ਗਏ ਨੇ। ਤਾਂ ਮਜ਼ਦੂਰਾਂ ਮੁਤਾਬਕ ਮੈਨੇਜਮੈਂਟ ਦੀ ਲਾਪਰਵਾਹੀ ਕਾਰਨ ਮੁੰਡੇ ਦੀ ਮੌਤ ਹੋਈ ਹੈ। ਤਾਂ ਬੇਹੱਦ ਇਹ ਵੱਡੀ ਖਬਰ ਹੈ, ਸੈਕਟਰ 82 ਮੋਹਾਲੀ ਤੋਂ ਸਾਹਮਣੇ ਆ ਰਹੀ ਹੈ। ਮੌਕੇ 'ਤੇ ਪੱਤਰਕਾਰ ਸਾਥੀ ਸਾਡੇ ਮੌਜੂਦ ਨੇ, ਕੀ ਹਾਲਾਤ ਨੇ, ਕੀ ਮੰਗ ਹੈ ਵਰਕਰਾਂ ਦੀ, ਕਿਉਂ ਉਹਨਾਂ ਨੇ ਸੜਕ ਜਾਮ ਕੀਤਾ ਹੈ, ਕਿਸ ਦੀ ਗਲਤੀ ਨਾਲ ਮੁੰਡੇ ਦੀ ਮੌਤ ਹੋਈ, ਆਓ ਜਾਣਦੇ ਹਾਂ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਐਰੋ ਸਿਟੀ ਇੱਕ ਪ੍ਰਾਈਵੇਟ ਬਿਲਡਿੰਗ ਦੇ ਵਿੱਚ ਕੰਮ ਕਰ ਰਹੇ ਵਰਕਰ ਅਚਾਨਕ 13ਵੀਂ ਮੰਜ਼ਿਲ ਤੋਂ ਗਿਰ ਜਾਂਦਾ ਹੈ। ਹਾਲਾਂਕਿ ਅਨਫੋਰਚੁਨੇਟ ਉਹਦੀ ਮੌਤ ਹੋ ਗਈ ਹੈ, ਔਰ ਮੌਤ ਤੋਂ ਬਾਅਦ ਜਿੰਨੇ ਵੀ ਵਰਕਰਸ ਨੇ, ਜਿੰਨੇ ਵੀ ਇੱਥੇ ਕੰਮ ਕਰਨ ਵਾਲੇ ਨੇ, ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਲਾਂਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ, ਪੂਰਾ ਜਿਹੜਾ ਹੈ ਇਨਵੈਸਟੀਗੇਸ਼ਨ ਦੀ ਵੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਕਾਫੀ ਰੋਸ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਦਿੱਤੀ ਗਈ ਸੀ, ਔਰ ਇੱਕ ਲਾਪਰਵਾਹੀ ਦੇ ਚੱਲਦੇ ਇੱਕ ਜਿਹੜਾ ਨੌਜਵਾਨ ਇੱਥੇ ਕੰਮ ਕਰ ਰਿਹਾ ਸੀਗਾ ਉਹਦੀ ਮੌਤ ਹੋ ਗਈ ਹੈ। ਜਿੰਨੇ ਵੀ ਇਕੱਠੇ ਹੋਏ ਨੇ, ਹਾਲਾਂਕਿ ਪੁਲਿਸ ਵੀ ਇੱਥੇ ਆ ਕੇ ਪੂਰਾ ਇਨਵੈਸਟੀਗੇਸ਼ਨ ਕਰਨ ਲੱਗੀ ਹੈ। ਇਹ ਕਿਤਨੇ ਸਾਲ ਕਾ ਥਾ ਔਰ ਕਬ ਸੇ ਯਹਾਂ ਪੇ ਕਾਮ ਕਰ? ਸਰ 16-17 ਸਾਲ ਕਾ ਲੜਕਾ ਥਾ ਔਰ ਯੇ ਤਕਰੀਬਨ ਸਾਲ ਸੇ ਕਾਮ ਕਰ ਰਹਾ ਥਾ ਯਹਾਂ ਪੇ, ਔਰ ਅਭੀ ਕੱਲ ਸ਼ਾਮ ਕੋ 5:30 ਵਜੇ ਕਰੀਬ ਉੱਪਰ ਸੇ ਗਿਰ ਗਿਆ 17ਵੀਂ ਮੰਜ਼ਿਲ ਪੇ। ਪਿੱਛੇ ਉਹਨਾਂ ਨੇ ਬੈਰੀਗੇਟ ਨਹੀਂ ਲਗਾਇਆ ਥਾ ਲਿਫਟ ਵਾਲੇ ਜਗ੍ਹਾ ਪੇ, ਉਹ ਲਿਫਟ ਜਹਾਂ ਪੇ ਲਗਤੀ ਹੈ ਵਹੀਂ ਸੇ ਗਿਰਾ ਹੈ ਨੀਚੇ ਕੋ। ਯਹੀਂ ਆਗੇ ਸੇ ਆਗੇ ਕੀ? ਹਾਂਜੀ ਆਗੇ, ਵੋ ਆਪਣੀ ਵੋ ਦੂਸਰੀ ਤੀਸਰੀ ਬਿਲਡਿੰਗ ਸੇ ਗਿਰਾ ਹੈ ਉੱਪਰ ਸੇ। ਹਾਂ 17ਵੀਂ ਮੰਜ਼ਿਲ ਸੇ। ਤੋ ਲਾਪਰਵਾਹੀ, ਕੰਪਨੀ ਕੀ ਲਾਪਰਵਾਹੀ ਕਹਿ ਸਕਤੇ ਹੈ ਇਸਕੋ। ਠੀਕ ਹੈ। ਕਿ ਕੰਪਨੀ ਕੋ ਚਾਹੀਏ ਥਾ ਕਿ ਜਹਾਂ ਪੇ ਲਿਫਟ ਕਾ ਗੇਟ ਹੈ ਵਹਾਂ ਪੇ ਜਾਲੀ ਲਗਾਏ ਤਾਂ ਕਿ ਕੋਈ ਬੰਦਾ ਅੰਦਰ ਕੋਈ ਤਰਫ ਨਾ ਗਿਰ ਸਕੇ। ਚਸ਼ਮਦੀਦ ਕੌਣ ਹੈ ਜਿਸ ਨੇ ਦੇਖਾ ਕੱਲ ਜੋ ਕੰਮ ਕਰ ਰਹਾ ਥਾ? ਕੋਈ ਹੈ ਉਸ ਟਾਈਮ ਜੋ ਮੌਜੂਦ ਥਾ ਔਰ ਕੰਮ ਕਰ ਰਹਾ ਥਾ? ਕੋਈ ਹੈ ਯਹਾਂ ਪਰ ਜੋ ਚਸ਼ਮਦੀਦ, ਕਿਉਂਕਿ ਜਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਹੁਣ ਇਹਨਾਂ ਨੇ ਐਲੀਗੇਸ਼ਨ ਲਾਇਆ, ਇਲਜ਼ਾਮ ਲਾਇਆ ਕਿ ਕਾਫੀ ਲਾਪਰਵਾਹੀ ਹੈ, ਆਪ ਥੇ ਕਿਆ ਹੁਆ ਕਿਆ ਥਾ? ਸਰ ਹੁਣ ਕੰਮ ਕੀਏ ਥੇ 5:30 ਵਜੇ ਸਮਾਨ ਵਮਾਨ ਸਰਿਆ ਰਹੇ ਥੇ, ਉਹ ਵਹਾਂ ਖੜਾ ਥਾ ਔਰ ਬੋਲੇ ਸਮਾਨ ਤਾਰ ਔਰ ਸਰਿਆਓ ਆਪਣੇ ਚਲੋ, ਤਬ ਤੱਕ ਉਸਕਾ ਪੈਰ ਪਿਛਲ ਗਿਆ, ਉਹ ਗਿਰ ਗਿਆ। ਅੱਛਾ ਜੀ ਸਰ। ਤੋ ਕੋਈ ਡਰਿੰਕ ਵਗੈਰਾ ਤੋ ਨਹੀਂ ਕੀਆ ਥਾ? ਨਹੀਂ ਕੁਛ ਨਹੀਂ ਹੁਆ ਥਾ ਸਰ। ਅੱਛਾ ਨਹੀਂ। ਤੋ ਫਿਰ ਯੇ ਲੇਕਰ ਗਏ ਥੇ ਉਸੀ ਮੌਕੇ ਪੇ ਚਲੇ ਗਏ ਥੇ ਲੇਕੇ ਯਾ ਵਹੀਂ ਬੋਡੀ ਵਗੈਰਾ ਐਸੀ ਪੜੀ ਥੀ? ਉਸਕੋ ਤਾਂ ਢੂੰਢ ਰਿਹਾ ਜੇ ਕਹਾਂ ਗਿਆ, ਤੋ ਦੇਖਾ ਤੇ ਉਸਮੇ ਜੋ ਚਿਲਾਇਆ ਆਵਾਜ਼ ਆਇਆ ਤੋ ਉਤਨਾ ਦੂਰ ਥਾ, ਹਮਸੇ ਜਬ ਆਇਆ ਤੋ ਗਾਇਆ ਕਹਾਂ ਚਿਲਾਇਆ, ਤੇ ਇੱਕ ਵਾਰ ਦੇਖੇ ਜੇ ਕਹਾਂ ਗਿਆ ਤੋ ਉਸਕੋ ਢੂੰਢੇ ਦੇਖੇ ਤੇ ਉਸਮੇ ਗਿਰਾ ਥਾ।
उसी टाइम मौत हो गई थी उसका? ना, मौत नहीं हुआ था। अच्छा, वो आधा घंटे के बाद हुआ, लेकर गए हॉस्पिटल तक। लेकर गए थे जी जी। एम्बुलेंस वगैरह आ गया था? नहीं आया था, एम्बुलेंस नहीं आया था। अच्छा, क्या कह रहे थे? गाड़ी भी मौके से नहीं मिल रही थी, इधर उधर भाग रहे थे, तो जीएम आया तब गाड़ी लेकर आया, तब लेकर गए आधे घंटे बाद। एम्बुलेंस वगैरह कुछ नहीं, कोई नहीं कुछ कर रहा था यहाँ का, कोई जितने स्टाफ कुछ नहीं बोल रहे थे। यहाँ कोई सुविधा नहीं है एम्बुलेंस की या किसी तरह? सर यहाँ कुछ नहीं है, मेडिकल भी नहीं है। अच्छा, पैर में जूता भी नहीं, हेडफोन और ब्लूटूथ चेक करेगा, सेफ्टी नहीं चेक करेगा अंदर जाने के लिए, क्या सेफ्टी चाहिए या जूता हेलमेट कुछ, सेफ्टी बेल्ट नहीं देता। कितने वर्कर काम कर रहे हैं सर यहाँ? काफी 150 बंदे के करीब काम कर रहे हैं, सारे बंदे काम कर रहे हैं, 200 बंदे, 500 बंदे। आप लोग अब क्या डिमांड कर रहे हैं, क्या मांग कर रहे हैं सारे इकट्ठे हुए हैं? हम चाहते हैं कि कम से कम जो लोग काम कर रहे हैं उनके साथ कुछ ऐसी घटना ना हो, सेफ्टी रहे पूरी तरह से, और जिस बच्चे के साथ ये दशा हुई है, घटना हुई है, उसको अच्छा सा खासा कॉम्पेंसेशन दे, क्योंकि उसके घर में कोई और है नहीं कमाने वाला। पुलिस इतने पहुंची हुई है, पुलिस भी हुण इन्वेस्टिगेशन जिहड़ी है वो करन दी गल कीती जा रही है, क्योंकि सारी चीजा ने इन्हू लैक के हुए हुण पुलिस जिहड़ी हैगी है। सर तुसी इत्थे आए हो, थोड़ा गलबात कर रहे हो? हाँ जी। देखो 112 ते इन्हां ने कोई इन्फॉर्म नहीं किया हले। अच्छा, रात दा 112 ते कोई कॉल नहीं कीती सी? तुसी कीती नहीं कॉल? सर ये मना किए थे कि पुलिस वाले को फोन नहीं। किसने मना किया था? ये लोग, ये जो कंपनी वाला स्टाफ, हाँ ये बोल रहा था पुलिस को नहीं, हम हॉस्पिटल लेके चलेंगे। अच्छा, ये बोला था। देखो आप पता है ना, इतो लंघ रहे थे अचानक, है ना, देखा भीड़ इकट्ठी हुई है ना, जो भी है, हुण जिहड़ी बनदी कारवाई जरूर करांगे आपां।